ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਅਸੀਂ ਜੋ ਸਰਕਾਰਾਂ ਵੱਲੋਂ ਲਾਕਡਾਊਨ ਦਾ ਬਹੁਤ ਵੱਡਾ ਹਊਆ ਖੜਾ ਕੀਤਾ ਜਾ ਰਿਹਾ ਹੈ ਇਹਦੇ ਤੇ ਕੁਝ ਵਿਚਾਰ ਕਰਨ ਦੀ ਦਾ ਮਨ ਬਣਿਆ ਆਪਾਂ ਲਾਈਵ ਹੋ ਕੇ ਤੇ ਕੁਝ ਗੱਲਾਂ ਕਰਨੀਆਂ ਚਾਹੁੰਦੇ ਆ ਕਿ ਪਿਛਲੀ ਵਾਰੀ ਵੀ ਜਦੋਂ ਲਾਕਡਾਊਨ ਲਾਇਆ ਸਰਕਾਰ ਨੇ ਔਰ ਸਰਕਾਰ ਦੇ ਕੋਲੋਂ ਕੋਈ ਪ੍ਰਬੰਧ ਨਹੀਂ ਹੋਏ ਅਖੀਰ ਨੂੰ ਵਿਚਾਰੇ ਮਜ਼ਦੂਰਾਂ ਨੂੰ ਉਹ ਕਈ ਮਰਦੇ ਮਜ਼ਦੂਰਾਂ ਨੂੰ ਬੇਵਸ ਹੋ ਕੇ ਬੇਪਰਵਾਹ ਹੋ ਕੇ ਉਹ ਲਾਕਡਾਊਨ ਤੋੜ ਕੇ ਤੇ ਆਪਣੀਆਂ ਆਪਣੀਆਂ ਸਟੇਟਾਂ ਨੂੰ ਜਾਣਾ ਪਿਆ ਅੱਜ ਉਹੀ ਕੁਝ ਫੇਰ ਹੋ ਰਿਹਾ ਹੈ ਸਾਡੀਆਂ ਸਰਕਾਰਾਂ ਲਾਕਡਾਊਨ ਦਾ ਇਨਾਨ ਕਰੀ ਜਾਂਦੀਆਂ ਸਿਰਫ ਡੰਡੇ ਦੇ ਜ਼ੋਰ ਤੇ ਕਿ ਲੋਕਾਂ ਨੂੰ ਡੰਡੇ ਵਰਸਾ ਕੇ ਸ਼ਾਇਦ ਲਾਕਡਾਊਨ ਅਸੀਂ ਕਾਮਯਾਬ ਕਰ ਲਾਂਗੇ ਅੱਜ ਇੱਥੇ ਬੈਠਿਆਂ ਨੂੰ ਸਾਨੂੰ ਪਤਾ ਲੱਗਿਆ ਕਿ 4-5 ਸ਼ਹਿਰਾਂ ਦੇ ਵਿੱਚ ਲੋਕਾਂ ਨੇ ਇਸ ਲਾਕਡਾਊਨ ਦਾ ਵਿਰੋਧ ਕੀਤਾ ਹੈ ਔਰ ਵੱਡੇ ਪੱਦਰ ਦੇ ਉਤੇ ਲੋਕ ਬਾਹਰ ਨਿਕਲੇ ਸੜਕਾਂ ਤੇ ਆਏ ਆ ਅਸੀਂ ਸਰਕਾਰ ਨੂੰ ਅਪੀਲ ਕਰਨੀ ਚਾਹੁੰਦੇ ਆ ਕਿ ਲਾਕਡਾਊਨ ਕਰਨ ਤੋਂ ਪਹਿਲਾਂ ਲਾਕਡਾਊਨ ਲਾਉਣ ਤੋਂ ਪਹਿਲਾਂ ਕੀ ਇਹ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਪਿਛਲੇ ਸਾਲ ਦਾ ਜੋ ਲੋਕਾਂ ਦਾ ਆਰਥਿਕ ਨੁਕਸਾਨ ਹੋਇਆ ਕੀ ਉਹ ਪੂਰਾ ਕੀਤਾ ਸੀ ਜੇ ਅਸੀਂ ਪਿਛਲਾ ਨਹੀਂ ਪੂਰਾ ਕਰ ਸਕੇ ਤਾਂ ਹੁਣ ਦੁਬਾਰਾ ਫੇਰ ਉਹੀ ਕੁਝ ਫੇਰ ਕਰਨ ਲੱਗੇ ਆ ਅਸੀਂ ਔਰ ਲੋਕਾਂ ਦੇ ਵਿੱਚੋਂ ਵਿਦਰੋਹ ਹੋ ਰਿਹਾ ਹੈ ਲੋਕਾਂ ਦੇ ਵਿੱਚੋਂ ਵਿਰੋਧ ਹੋ ਰਿਹਾ ਹੈ ਕਿੰਨੇ ਕੁ ਲੋਕਾਂ ਨੂੰ ਅਸੀਂ ਕੁੱਟਾਂਗੇ ਕਿੰਨੇ ਕੁ ਲੋਕਾਂ ਨੂੰ ਜੇਲ੍ਹਾਂ 'ਚ ਬੰਦ ਕਰਾਂਗੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਇਹਦੇ ਤੇ ਮੈਂ ਵੇਖਿਆ ਕਿ ਅਸੀਂ ਜੀ 5 ਵਜੇ ਲਾਕਡਾਊਨ ਹੋ ਗਿਆ ਜੀ ਤੇ ਪੁਲਿਸ ਦੀਆਂ ਬਾਜ਼ਾਰ ਦੇ ਵਿੱਚ ਘੁੰਮ ਪੈਂਦੀਆਂ ਮੈਂ ਬੇਨਤੀ ਕਰਨੀ ਚਾਹਣਾ ਮੈਂ ਪੁੱਛਣਾ ਚਾਹਣਾ ਸਾਡੀ ਸਰਕਾਰ ਤੋਂ ਕਿ ਜਦੋਂ ਤੁਸੀਂ 5 ਵਜੇ ਲਾਕਡਾਊਨ ਕਰਨਾ ਹੈ ਜੇ ਇਹੀ ਪਲਉ ਸਾਰਾ ਦਿਨ ਜਿੱਦੈ ਤੁਸੀਂ ਬਾਜ਼ਾਰ ਖੋਲਿਆ ਉਹ ਸਾਰੇ ਦਾ ਸਾਰਾ ਦਿਨ ਲੋਕਾਂ ਨੂੰ ਆਪਦੀ ਮਾਰਕੀਟਿੰਗ ਕਰਨ ਦਿਓ ਸਮਾਨ ਖਰੀਦਣ ਦਿਓ ਤਾਂ ਮੇਰੇ ਖਿਆਲ ਨਾਲ ਦੂਜੇ ਦਿਨ ਆਉਣ ਦਾ ਕੰਮ ਮੁੱਕ ਜੇ ਲੋਕਾਂ ਦਾ ਇਹਨੂੰ ਅਸੀਂ ਫਿਕਸ ਕਿਉਂ ਨਹੀਂ ਕਰਦੇ ਔਰ ਇਸ ਤਰੀਕੇ ਦੇ ਨਾਲ ਲਾਕਡਾਊਨ ਕਰਕੇ ਤੁਸੀਂ ਦੁਕਾਨਦਾਰਾਂ ਦਾ ਵੀ ਨੁਕਸਾਨ ਕਰਦੇ ਹੋ ਔਰ ਲੋਕਾਂ ਦਾ ਵੀ ਨੁਕਸਾਨ ਕਰਦੇ ਹੋ ਨਾਲ ਦੀ ਨਾਲ ਸਰਕਾਰਾਂ ਨੂੰ ਮੈਂ ਇੱਕ ਚੇਤਾਵਨੀ ਵੀ ਦੇਣੀ ਚਾਹਣਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਐ ਤੇ ਸਾਡੇ ਅੰਦੋਲਨਕਾਰੀਆਂ ਨੂੰ ਸਾਡਾ ਅੰਦੋਲਨ ਦਿੱਲੀ ਸਰਕਾਰ ਨਾਲ ਐ ਇਹ ਸਟੇਟਾਂ ਦੀਆਂ ਗਵਰਨਮੈਂਟਾਂ ਧਿਆਨ ਦੇਣ ਇਸ ਗੱਲ ਦਾ ਇਸ ਵੇਲੇ ਪੂਰੇ ਦੇਸ਼ ਦਾ ਅੰਦੋਲਨ ਦਿੱਲੀ ਸਰਕਾਰ ਦੇ ਖਿਲਾਫ ਚੱਲ ਰਿਹਾ ਹੈ ਔਰ ਸਟੇਟਾਂ ਦੀਆਂ ਗਵਰਨਮੈਂਟਾਂ ਲੋਕਾਂ ਨੂੰ ਜਿਹੜੇ ਅੰਦੋਲਨਕਾਰੀ ਨੇ ਸਾਡੇ ਇਸ ਅੰਦੋਲਨ ਦੀ ਹਮਾਇਤ ਦੇ ਵਿੱਚ ਪ੍ਰੋਟੈਸਟ ਕਰ ਰਹੇ ਨੇ ਕਿਤੇ ਵੀ ਕਰ ਰਹੇ ਐ ਅਗਰ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਦੀ ਗੱਲ ਆਉਂਦੀ ਹੈ ਤਾਂ ਫਿਰ ਸਮਝਿਓ ਕਿ ਸਟੇਟਾਂ ਦੀਆਂ ਗਵਰਨਮੈਂਟਾਂ ਆਪਣੀਆਂ ਆਪਣੀਆਂ ਸਟੇਟਾਂ ਦੇ ਹਾਲਾਤ ਖੁਦ ਵਿਗਾੜਨਾ ਚਾਹੁੰਦੀਆਂ ਅੱਜ ਪੂਰਾ ਦੇਸ਼ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋ ਚੁੱਕਿਆ ਹੈ ਭਾਜਪਾ ਸਰਕਾਰ ਦੀ ਇਸ ਘਟੀਆ ਰਾਜਨੀਤੀ ਦੇ ਖਿਲਾਫ ਉਬਾਲੇ ਖਾਰ ਰਿਹਾ ਪੂਰਾ ਦੇਸ਼ ਤੇ ਕਿਤੇ ਇਹ ਨਾ ਹੋਵੇ ਤੇ ਸਾਡੀ ਹਰਿਆਣਾ ਜਾਂ ਸਾਡੀ ਪੰਜਾਬ ਸਰਕਾਰ ਵੀ ਇਸ ਲਪੇਟ ਚ ਆ ਜੇ ਇਹ ਨੁਕਸਾਨ ਚਲਣਾ ਪੈ ਸਕਦਾ ਪੰਜਾਬ ਸਰਕਾਰ ਨੂੰ ਅਗਰ ਪੰਜਾਬ ਦੇ ਵਿੱਚ ਇਸ ਅਜੇ ਹੀ ਕਿਤੇ ਅੰਦੋਲਨਕਾਰੀਆਂ ਨਾਲ ਛੇੜਛਾੜ ਕਰਨ ਦੀ ਕਿਸੇ ਕਾਰਨ ਅਗਰ ਹਾਲਾਤ ਵਿਗੜਦੇ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਬਾਗੀ ਹੋ ਕੇ ਬਾਹਰ ਨਿਕਲਦੇ ਨੇ ਔਰ ਉਹ ਜਿਹੜਾ ਨੁਕਸਾਨ ਹੋਏਗਾ ਉਹ ਨੁਕਸਾਨ ਦੀ ਜ਼ਿੰਮੇਵਾਰ ਸਾਡੀ ਸਰਕਾਰਾਂ ਹੋਣਗੀਆਂ ਇਸ ਲਈ ਅਸੀਂ ਅਪੀਲ ਕਰਾਂਗੇ ਸਰਕਾਰ ਨੂੰ ਕਿ ਕੋਈ ਵੀ ਅਜਿਹਾ ਕਦਮ ਨਾ ਚੁੱਕਿਆ ਜਾਏ ਜਿਹੜਾ ਅੰਦੋਲਨਕਾਰੀਆਂ ਨੂੰ ਹੋਰ ਗੁੱਸਾ ਚੜਾਵੇ ਹੋਰ ਗੁੱਸਾ ਦਿਵਾਵੇ ਇਹ ਬਹੁਤ ਸਾਰੇ ਲੋਕ ਉਹ ਅੰਦੋਲਨ ਕਰ ਰਹੇ ਨੇ ਜਿਹੜੇ ਕਿਸੇ ਜਥੇਬੰਦੀ ਨਾਲ ਨਹੀਂ ਜੁੜੇ ਇਸ ਅੰਦੋਲਨ ਦੀ ਹਮਾਇਤ ਕਰ ਰਹੇ ਨੇ ਉਹ ਲੋਕ ਜਿਹੜੇ ਚੰਡੀਗੜ੍ਹ ਦੇ ਮਟਕਾ ਚੌਂਕ ਜਾਂ ਵੱਖ-ਵੱਖ ਚੌਂਕਾਂ ਦੇ ਵਿੱਚ ਜਾਂ ਮੁਹਾਲੀ ਦੇ ਚੌਂਕਾਂ 'ਚ ਬੈਠ ਕੇ ਅੰਦੋਲਨ ਕਰਦੇ ਨੇ ਜਾਂ ਜਿਹੜੇ ਟੋਲ ਪਲਾਜ਼ਾਂ ਦੇ ਬੈਠੇ ਅੰਦੋਲਨ ਕਰ ਰਹੇ ਨੇ ਉਹ ਲੋਕ ਆਪਣੇ ਆਪ ਇਸ ਅੰਦੋਲਨ ਦਾ 파ਟ ਬਣੇ ਹੋਏ ਨੇ ਜਥੇਬੰਦੀਆਂ ਸਾਰੀਆਂ ਇੱਥੇ ਬੈਠੀਆਂ ਸੋ ਇਸ ਕਰਕੇ ਉਹ ਅੰਦੋਲਨ ਦਾ ਹਿੱਸਾ ਨੇ ਇਸ ਵੇਲੇ ਜਿਹੜਾ ਵੀ ਕੋਈ ਵਿਅਕਤੀ ਕਿਤੇ ਵੀ ਬੈਠਾ ਇਸ ਅੰਦੋਲਨ ਦਾ ਜਿਹੜਾ ਅੱਜ ਦਿੱਲੀ ਦੀਆਂ ਬਰੂਹਾਂ ਤੇ ਚੱਲਦਾ ਅੰਦੋਲਨ ਹੈ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਔਰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਵਾਉਣ ਲਈ ਚੱਲ ਰਹੇ ਅੰਦੋਲਨ ਦੀ ਜੋ ਵੀ ਸਪੋਰਟ ਕਰ ਰਿਹਾ ਜਿੱਥੇ ਬੈਠਾ ਵੀ ਕਰ ਰਿਹਾ ਉਹ ਸਨੁਯੁਕਤ ਮੋਰਚੇ ਦਾ ਇੱਕ 파ਟਾ ਇੱਕ ਹਿੱਸਾ ਹੈ ਅਗਰ ਸਰਕਾਰ ਉਹਨਾਂ ਨੂੰ ਕਿਤੇ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰੇਗੀ ਤਬ ਸਰਕਾਰ ਨੂੰ ਖਿਮਾਜਾ ਭੁਗਤਣਾ ਪੈ ਸਕਦਾ ਹੈ ਇਹ ਯਾਦ ਰੱਖੇ ਸਰਕਾਰ ਪੰਜਾਬ ਸਰਕਾਰ ਨੂੰ ਮੈਂ ਖਾਸ ਕਰਕੇ ਕਹਿਣਾ ਚਾਹਣਾ ਆ ਦੇਖਿਆ ਹੈ ਨਾ ਕਹਿੰਦੇ ਸੀ ਕਿ ਕੀ ਕਰ ਲੂਗਾ ਕੋਈ ਇਹ ਤਾਂ मुट्ठी भर ਲੋਕ ਨੇ ਪੱਛਮੀ ਬੰਗਾਲ ਦੇ ਵਿੱਚ ਨਜ਼ਾਰਾ ਦੇਖਿਆ ਨਾ ਮੋਦੀ ਜੀ ਨੇ ਕੱਲਾ ਪੱਛਮੀ ਬੰਗਾਲ ਨਹੀਂ ਚਾਰ ਸਟੇਟਾਂ ਹੋਰਾਂ ਦੇ ਵਿੱਚ ਗੋਡੀ ਲੱਗੀ ਐ ਤੇ ਇਹ ਕਿਤੇ ਕਾਂਗਰਸ ਸਰਕਾਰ ਦੇ ਝੰਡੇ ਝੁਲਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਵੱਡਾ ਲੂਲਾ ਲੱਗਦੀਆਂ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਲੋਕ ਕੁਛ ਨਹੀਂ ਕਰਨਗੇ ਅਗਰ ਲੋਕ ਭਾਜਪੀ ਦਾ ਵਿਰੋਧ ਕਰ ਸਕਦੇ ਆ ਤਾਂ ਇਹ ਲੋਕ ਕਾਂਗਰਸ ਦੇ ਐਮਐਲਏ ਐਮਪੀਆ ਦਾ ਵੀ ਵਿਰੋਧ ਕਰ ਸਕਦੇ ਆ ਕੋਈ ਰਿਸ਼ਤੇਦਾਰੀ ਨਹੀਂ ਅੱਜ ਅੰਦੋਲਨ ਚੱਲ ਰਿਹਾ ਪੂਰੇ ਦੇਸ਼ ਦੇ ਅੰਦਰ ਸੋ ਸਾਡੀ ਅਪੀਲ ਹੈ ਸਰਕਾਰ ਨੂੰ ਕਿ ਅਜਿਹੇ ਹ ਕਦਮ ਕੋਈ ਨਾ ਚੱਕਿਆ ਜਾਏ ਜਿਹਦੇ ਨਾਲ ਸੂਬੇ ਦੇ ਰਾਜਾਂ ਦੇ ਹਾਲਾਤ ਵਿਗੜਨ ਅੰਦੋਲਨ ਕਿਸੇ ਕੀਮਤ ਦੇ ਵਿੱਚ ਜਿੰਨੀ ਦੇਰ ਤੱਕ ਇਹ ਕਾਲੇਕ ਨੂੰ ਰੱਦ ਨਹੀਂ ਹੁੰਦੇ ਓਨੀ ਦੇਰ ਤੱਕ ਅੰਦੋਲਨ ਚੱਲਦਾ ਰਹੇਗਾ ਔਰ ਕਿਸੇ ਵੀ ਕੀਮਤ ਉਤੇ ਜਿਸ ਤਰ੍ਹਾਂ ਦੀਆਂ ਅਪੀਲਾਂ ਸਾਡੇ ਮੁੱਖ ਮੰਤਰੀ ਜੀ ਕਰ ਰਹੇ ਨੇ ਜੀ ਤੁਸੀਂ ਕਰੋਨਾ ਆ ਗਿਆ ਇਸ ਵੇਲੇ ਤੁਸੀਂ ਅੰਦੋਲਨ ਸਮਾਪਤ ਕਰ ਦਿਓ ਮੈਂ ਪੁੱਛਣਾ ਚਾਹੁੰਦਾ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕਿ ਇਹ ਕਰੋਨਾ ਤੇ 2 ਸਾਲ ਦਾ ਆਇਆ ਕਿੰਨੇ ਹਸਪੀਟਲ ਨਵੇਂ ਬਣਾਏ ਆ ਫਿਰ ਦਾ ਮੁੱਖ ਮੰਤਰੀ ਜੀ ਨੇ ਕਿੰਨੇ ਨਵੇਂ ਵਾਰਡ ਬਣਾਏ ਨੇ ਕੀ ਕੀ ਪ੍ਰਬੰਧ ਕੀਤੇ ਨੇ ਅੱਜ ਤੱਕ ਅੱਖਾਂ ਮੀਚ ਕੇ ਬੈਠੇ ਰਹੇ ਆ ਤੇ ਕਰੋਨਾ ਫੇਰ ਆ ਗਿਆ ਤੇ ਹਲ ਲੱਭ ਲਿਆ ਜੀ ਲਾਕਡਾਊਨ ਹੱਲੇ ਦਾ ਸੋ ਇਸ ਕਰਕੇ ਸਰਕਾਰ ਆਪਣੇ ਪੀੜੀਡ ਸੋਟਾ ਮਾਰੇ ਖੁਦ ਵੇਖੇ ਕਸੂਰਵਾਰ ਕੌਣ ਹੈ ਇਹ ਕਰੋਨਾ ਫੈਲਣ ਦਾ ਕਸੂਰਵਾਰ ਪੰਜਾਬ ਸਰਕਾਰ ਭਾਰਤ ਸਰਕਾਰ ਹਰਿਆਣਾ ਸਰਕਾਰ ਔਰ ਸਾਡੀਆਂ ਸਰਕਾਰਾਂ ਹੈ ਲੋਕਾਂ ਦਾ ਕੋਈ ਕਸੂਰ ਨਹੀਂ ਲੋਕ ਕਿਤੇ ਲੈ ਕੇ ਨਹੀਂ ਆਇਆ ਖਰੀਦ ਕੇ ਕਰੋਨਾ ਤੁਹਾਡੀ ਕਮੀ ਕਰਕੇ ਕਰੋਨਾ ਆ ਰਿਹਾ ਹੈ ਇਸ ਕਰਕੇ ਇਹਨੂੰ ਕੰਟਰੋਲ ਕਰਨ ਵਾਸਤੇ ਅਜਿਹੀ ਧੱਕੇਸ਼ਾਹੀ ਬੰਦ ਕਰੇ ਸਰਕਾਰ ਨਹੀਂ ਤਾਂ ਪੰਜਾਬ ਦੇ ਹਾਲਾਤ ਅਗਰ ਵਿਗੜਦੇ ਆ ਤਾਂ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗੀ ਸਾਡੀ ਇਹ ਵਾਰਨਿੰਗ ਆ ਸਰਕਾਰ ਨੂੰ ਕਿ ਕਿਤੇ ਐਸਾ ਨਾ ਹੋਵੇ ਕਿ ਦਿੱਲੀ ਵਾਲਾ ਅੰਦੋਲਨ ਪੰਜਾਬ ਸਰਕਾਰ ਦੇ ਖਿਲਾਫ ਵੀ ਇੱਕ ਵੱਡੇ ਮਹਿੰਮ ਬਣ ਕੇ ਖੜਾ ਹੋਵੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ